गुरु तेग बहादुर सिमरिए करनो निध आए ताए सब थाई हो सहाए सब थाई हो बहादुर सिमरिया घर नौ निध आवै ताई सब थाई होए सहाय। धर्म रक्षक परोपकार त्याग अनुराग दी मूरत तेग दे धनी सगल सृष्टि दी चादर धन धन साहिब श्री गुरु तेग बहादुर साहब पातशाह जी सतगुरां जी दे पावन पवित्र स्थान गुरद्वारा श्री दुख निवारण साहब दे इतिहास दे बारे आप संगतां दे नाल सांझ पावांगे। धन धन साहिब श्री गुरु तेग बहादुर साहब पातशाह जी जदों कश्मीरी पंडित चल के धन गुरु तेग बहादुर साहब पातशाह जी के कोल आनंदपुर साहब आए धर्म नूं बचाउण वास्ते बेनती की। उन्हां दी बेनती नूं प्रवान करके सतगुरु पातशाह जी ने जदों आनंदपुर साहब तों चाला पाया दिल्ली वल जाण वास्ते भरतगढ़ रोपड़ आदिक इलाकों में विचरते हुए धन श्री गुरु तेग बहादुर साहब पातशाह जी बहादुरगढ़ साहब के स्थान पर पहुँचे जो इतों 10 किलोमीटर की दूरी पर है। ਇਹ ਪਹਿਲਾਂ ਇਸ ਨਗਰ ਦਾ ਸਥਾਨ ਸੈਫਾਬਾਦ ਸੀ। ਇੱਥੇ ਪੀਰ ਸੈਫਾ ਸੈਫਦੀਨ ਰਹਿੰਦੇ ਸਨ ਜਿਨ੍ਹਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਬਹੁਤ ਪਿਆਰ ਸੀ, ਬਹੁਤ ਨੇੜਤਾ ਸੀ। ਔਰ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਪੀਰ ਸੈਫਦੀਨ ਦੇ ਕੋਲ ਸੈਫਾਬਾਦ ਇਸ ਨਗਰ ਦੇ ਵਿੱਚ ਪਹੁੰਚੇ। ਇੱਥੇ ਤਕਰੀਬਨ 3 ਮਹੀਨੇ 17 ਦਿਨ ਦਾ ਸਮਾਂ ਜਿਹੜਾ ਚੁਮਾਸੇ ਦਾ ਸੀ, ਗਰਮੀ ਦਾ ਸਮਾਂ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਸੈਫਦੀਨ ਕੋਲ ਰਹਿ ਕੇ ਕੱਟਿਆ। 3 ਮਹੀਨੇ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਸ ਸਥਾਨ 'ਤੇ ਰਹੇ ਤਾਂ ਤਕਰੀਬਨ ਨੇੜੇ ਨੇੜੇ ਦੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਵਿਚਰਦੇ, ਸਮੁੱਚੀ ਲੁਕਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ, ਸਤਿਗੁਰੂ ਪਾਤਸ਼ਾਹ ਜੀ ਪਾਵਨ ਆਪਣਾ ਉਪਦੇਸ਼ ਬਖਸ਼ਿਸ਼ ਕਰਦੇ। ਇੱਥੇ ਇੱਕ ਛੋਟਾ ਜਿਹਾ ਪਿੰਡ ਸੀ ਲਹਿਲ। ਲਹਿਲ ਪਿੰਡ ਦੇ ਵਿੱਚ ਰਹਿਣ ਵਾਲੇ ਭਾਈ ਭਾਗ ਰਾਮ ਜੀ, ਉਹਨਾਂ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਆਏ ਹੋਏ ਹਨ। ਤਾਂ ਉਹਨਾਂ ਨੇ ਜਾ ਕਰਕੇ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਨੂੰ, ਸਤਿਗੁਰੂ ਪਾਤਸ਼ਾਹ ਆਪਣੇ ਮੁਬਾਰਕ ਚਰਨ ਇਸ ਧਰਤੀ 'ਤੇ ਪਾਓ। ਭਾਈ ਭਾਗ ਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਸ ਅਸਥਾਨ 'ਤੇ ਪਹੁੰਚੇ ਜਿੱਥੇ ਅੱਜ ਕੱਲ੍ਹ ਇਹ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਸਤਿਗੁਰ ਪਾਤਸ਼ਾਹ ਜੀ ਜਦੋਂ ਇਸ ਅਸਥਾਨ 'ਤੇ ਆਏ, ਇਹ ਜੰਗਲ ਨੁਮਾ ਇਲਾਕਾ ਸੀ, ਥੋੜ੍ਹੀ ਬਹੁਤ ਇੱਥੇ ਖੇਤੀ ਹੋਇਆ ਕਰਦੀ ਸੀ। ਇੱਥੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਬਹੁਤ ਛੋਟਾ ਜਿਹਾ ਪਿੰਡ ਸੀ ਲਹਿਲ। ਸਤਿਗੁਰੂ ਪਾਤਸ਼ਾਹ ਜੀ ਜਦੋਂ ਇੱਥੇ ਆਏ, ਬੜੀ ਹਰਿਆਵਲ ਸੀ, ਬੜੀ ਹਰਿਆਵਲ ਵੇਖ ਕੇ, ਚੰਗੀ ਸੁਹਾਵਣੀ ਜਗ੍ਹਾ ਵੇਖ ਕੇ ਗੁਰੂ ਪਾਤਸ਼ਾਹ ਜੀ ਇੱਥੇ ਬੈਠੇ। ਭਾਈ ਭਾਗ ਰਾਮ ਜੀ ਨਾਲ ਦੇ ਸਾਥੀਆਂ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੋਏ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜੀ ਇੱਥੇ ਆਬਾਦੀ ਨਹੀਂ ਹੁੰਦੀ, ਆਪ ਜੀ ਕਿਰਪਾ ਕਰੋ। ਭਾਈ ਭਾਗ ਰਾਮ ਜੀ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਭਾਗ ਰਾਮ ਜੀ ਇੱਥੇ ਬਹੁਤ ਆਬਾਦੀ ਹੋਵੇਗੀ, ਸੰਘਣਾ ਸ਼ਹਿਰ ਸੰਘਣੀ ਵਸੋਂ ਹੋਵੇਗੀ, ਉੱਘਾ ਅਸਥਾਨ ਹੋਵੇਗਾ। ਅੱਜ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਜਿਹੜੇ ਫਲੀ ਭੂਤ ਨੇ, ਦੇਖੋ ਆਪ ਜੀ ਕਿੰਨਾ ਘੁੱਗ ਵਸਦਾ ਸ਼ਹਿਰ, ਕਿੰਨੀ ਸੰਘਣੀ ਆਬਾਦੀ ਵਾਲਾ ਸੋਹਣਾ ਸੁੰਦਰ ਸ਼ਹਿਰ ਪਟਿਆਲਾ ਵਸਿਆ ਹੋਇਆ। ਔਰ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਮੋਤੀ ਬਾਗ ਸਾਹਿਬ, ਜੋ ਇੱਥੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ, ਗੁਰਦੁਆਰਾ ਮੋਤੀ ਬਾਗ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ, ਉਹ ਵੀ ਅਸਥਾਨ ਸੁਸ਼ੋਭਿਤ ਹੈ। ਇਸੇ ਹੀ ਪਿੰਡ ਦੀ ਰਹਿਣ ਵਾਲੀ ਬੀਬੀ ਕਰਮੋ ਰਾਣੀ ਸੀ ਲਹਿਲ ਨਗਰ ਦੀ ਰਹਿਣ ਵਾਲੀ, ਉਹਨੂੰ ਪਤਾ ਲੱਗਿਆ ਗੁਰੂ ਸਾਹਿਬ ਚੱਲ ਕੇ ਆਏ ਨੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੀ ਔਰ ਆ ਕੇ ਨਤਮਸਤਕ ਹੋਈ। ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੀ, ਗੁਰੂ ਪਾਤਸ਼ਾਹ ਜੀ ਕਿਰਪਾ ਕਰੋ,
ਇੱਥੋਂ ਬਿਮਾਰੀ ਨਹੀਂ ਜਾਂਦੀ। ਇੱਥੇ ਇੱਕ ਅਠਰਾਏ ਦਾ ਰੋਗ ਫੈਲਿਆ ਹੋਇਆ ਸੀ ਜਿਹਦੇ ਨਾਲ ਜਿਹੜੇ ਬੱਚੇ ਸਨ ਉਹ ਜਨਮ ਲੈਣ ਤੋਂ ਪਹਿਲਾਂ ਹੀ ਮਾਤਾ ਦੇ ਉਦਰ ਵਿੱਚ ਉਹਨਾਂ ਦੀ ਜਿਹੜੀ ਸੀ ਡੈਥ ਹੋ ਜਾਂਦੀ ਸੀ। ਕਹਿਣ ਲੱਗੇ ਆਪ ਜੀ ਕਿਰਪਾ ਕਰੋ, ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ, ਅਠਰਾਏ ਦੇ ਰੋਗ ਨਾਲ ਬੱਚੇ ਜਿਹੜੇ ਨੇ ਉਹ ਸ਼ਾਂਤ ਹੋ ਜਾਂਦੇ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬੇਨਤੀ ਪ੍ਰਵਾਨ ਕੀਤੀ ਔਰ ਬੇਨਤੀ ਕਰਦੇ ਪ੍ਰਵਾਨ ਕਰਦਿਆਂ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ। ਇੱਥੇ ਜਿੱਥੇ ਸਰੋਵਰ ਹੈ ਸੰਗਤਾਂ ਇਸ਼ਨਾਨ ਕਰਦੀਆਂ ਨੇ, ਇਸ ਸਰੋਵਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਵਾਰਕ ਚਰਨ ਪਾਏ, ਬੇਨਤੀ ਕੀਤੀ, ਹੁਕਮ ਕੀਤਾ ਕਿ ਜਿਹੜਾ ਵੀ ਸਰਧਾ ਸ਼ਹਿਤ ਇੱਥੇ ਆ ਕਰਕੇ ਸਰੋਵਰ ਵਿੱਚ ਇਸ਼ਨਾਨ ਕਰੇਗਾ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇਗਾ, ਉਹਦੇ ਮਨ ਇੱਛਤ ਉਹਨੂੰ ਫਲ ਪ੍ਰਾਪਤ ਹੋਣਗੇ, ਉਹਦੇ ਸਾਰੇ ਰੋਗ ਜਿਹੜੇ ਹਨ ਉਹ ਦੂਰ ਹੋਣਗੇ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੱਤ ਹੋਏ ਔਰ ਅੱਜ ਦੇਖੋ ਕਿੰਨਾ ਸੋਹਣਾ ਸੁੰਦਰ ਜਿੱਥੇ ਅਸਥਾਨ ਬਣਿਆ, ਬਹੁਤ ਵੱਡਾ ਸਰੋਵਰ ਬਣਿਆ। ਬੜੇ ਬੜੇ ਉਹ ਦੁਖੀ ਲੋਕ ਚੱਲ ਕੇ ਇਸ ਅਸਥਾਨ 'ਤੇ ਆਉਂਦੇ ਨੇ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਜਿਹੜੀਆਂ ਕੈਂਸਰ ਵਰਗੀਆਂ ਭਾਵੇਂ ਭਿਆਨਕ ਬਿਮਾਰੀਆਂ ਨੇ, ਉਹ ਵੀ ਰੋਗੀ ਆ ਕੇ ਜਦੋਂ ਭਾਵਨਾ ਲੈ ਕੇ ਸ਼ਰਧਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਅਸਥਾਨ 'ਤੇ ਪਹੁੰਚੇ ਤਾਂ ਉਹਨਾਂ ਦੇ ਕੈਂਸਰ ਵਰਗੇ ਰੋਗ ਵੀ ਇੱਥੋਂ ਠੀਕ ਹੋਏ, ਉਹ ਸੰਗਤਾਂ ਦਾਸ ਨੂੰ ਮਿਲੀਆਂ, ਉਹਨਾਂ ਨੇ ਦੱਸਿਆ। ਹੋਰ ਬੜੇ ਬੜੇ ਭਿਆਨਕ ਰੋਗਾਂ ਵਾਲੇ ਜਿਹੜੇ ਨੇ ਭਾਵਨਾ ਲੈ ਕੇ ਨਿਸ਼ਚੈ ਦੇ ਨਾਲ ਵਿਸ਼ਵਾਸ ਭਰੋਸੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ, ਉਹਨਾਂ ਦੇ ਗੁਰੂ ਪਾਤਸ਼ਾਹ ਰੋਗ ਜਿਹੜੇ ਹਨ ਉਹ ਦੂਰ ਕਰਦੇ ਹਨ। ਇਸ ਅਸਥਾਨ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਹੈ। ਗੁਰੂ ਪਾਤਸ਼ਾਹ ਆਏ ਹੋਏ ਦੇ ਦੁੱਖਾਂ ਦੀ ਨਿਵਰਤੀ ਕਰਦੇ ਨੇ ਔਰ ਮਨ ਇੱਛਤ ਫਲ ਵੀ ਪ੍ਰਾਪਤ ਹੁੰਦੇ ਨੇ। ਜਿਹੜੀ ਬੀਬੀ ਕਰਮੋ ਰਾਣੀ ਨੇ ਬੇਨਤੀ ਕੀਤੀ ਕਿ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਬਹੁਤ ਅਜਿਹੇ ਜੋੜੇ ਅਜਿਹੇ ਪਰਿਵਾਰ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ 10 ਸਾਲ ਬਾਅਦ, ਕੋਈ ਕਹਿੰਦਾ 12 ਸਾਲ ਬਾਅਦ, ਕੋਈ ਕਹਿੰਦਾ ਜੀ ਸਾਨੂੰ 15 ਸਾਲ ਬਾਅਦ, ਜਦੋਂ ਅਸੀਂ ਇੱਥੇ ਆਉਣ ਲੱਗੇ, ਪੰਚਵੀਆਂ ਦੇ ਆ ਕੇ ਇਸ਼ਨਾਨ ਕੀਤੇ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇ ਹਾਂ, ਗੁਰੂ ਸਾਹਿਬ ਦੀ ਘਰ ਦੀ ਸੇਵਾ ਕਰਦੇ ਹਾਂ, ਅਤੇ ਸਾਨੂੰ ਇੱਥੋਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਘਰ ਬੱਚੇ ਦੀ ਸਾਨੂੰ ਦਾਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਸੋ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ। ਇਸ ਅਸਥਾਨ 'ਤੇ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਮਨਾਇਆ ਜਾਂਦਾ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ, ਗੁਰੂ ਸਾਹਿਬ ਦੇ ਅਸਥਾਨ 'ਤੇ ਨਤਮਸਤਕ ਹੁੰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਅਤੇ ਵੱਡੇ ਜੋੜ ਮੇਲ ਦੋ ਮਨਾਏ ਜਾਂਦੇ ਹਨ ਸਾਲਾਨਾ, ਜਿਹੜੇ ਜੋੜ ਮੇਲ ਹਨ ਉਹ ਹੈ ਬਸੰਤ ਪੰਚਮੀ ਦਾ ਜੋੜ ਮੇਲ, ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਦੋ ਦਿਨ ਦਾ ਇਹ ਦੀਵਾਨ ਸਾਜਦੇ ਹਨ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਸੰਤ ਪੰਚਮੀ ਵਾਲੇ ਦਿਨ ਰਾਤ ਨੂੰ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਕੇ ਕੀਰਤਨੀਏ ਬਸੰਤ ਰਾਗ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਦੂਸਰਾ ਜਿਹੜਾ ਹੈ ਜੋੜ ਮੇਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲ ਹੈ। ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਔਰ ਇਸ ਅਸਥਾਨ ਵਿਖੇ ਜਿੱਥੇ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਨਤਮਸਤਕ ਹੁੰਦੀਆਂ ਹਨ, ਦਰਸ਼ਨ ਕਰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ, ਉੱਥੇ ਸੰਗਤਾਂ ਦੇ ਵੇਖਣ ਲਈ ਅਜਾਇਬ ਘਰ ਬੜਾ ਸੋਹਣਾ ਸੁੰਦਰ ਬਣਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜੀਵਨ ਸਿੰਘ, ਭਾਈ ਜਾਤਾ ਜੀ ਨੂੰ ਸਮਰਪਿਤ ਕਰਕੇ ਜਿਹੜਾ ਉਹ ਅਜਾਇਬ ਘਰ ਬਣਿਆ ਹੈ, ਜਿੱਥੇ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ, ਸੰਗਤਾਂ ਆ ਕੇ ਉਹਨਾਂ ਨੂੰ ਵੀ ਦੇਖਦੀਆਂ ਹਨ। ਔਰ ਇਸ ਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੋਈ ਹੈ, ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਹਨ, ਜਿੱਥੇ ਬੈਠ ਕੇ ਬਹੁਤ ਸਾਰੇ ਜਿਹੜੀਆਂ ਸੰਗਤਾਂ ਜੁੜ ਕਰਕੇ ਉਹ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਦੀਆਂ ਹਨ। ਔਰ ਲੋੜਵੰਦਾਂ ਲਈ ਇੱਥੇ ਜਿਹੜੀ ਹੈ ਉਹ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਕਾ ਲੰਗਰ ਹੈ, 24 ਘੰਟੇ ਇੱਥੇ ਅਤੁੱਟ ਲੰਗਰ ਵਰਤਦਾ ਹੈ, ਕੋਈ ਵੀ ਜਿਹੜਾ ਲੋੜਵੰਦ ਚੱਲ ਕੇ ਆਉਂਦਾ ਗੁਰੂ ਕੇ ਲੰਗਰ ਵਿੱਚੋਂ ਜਦੋਂ ਮਰਜ਼ੀ ਚਾਹੇ ਉਹ ਅੱਧੀ ਰਾਤ ਵੀ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ। ਸੰਗਤਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਪ੍ਰਬੰਧ ਹੈ ਔਰ ਵਹੀਕਲ ਖੜ੍ਹੇ ਕਰਨ ਵਾਸਤੇ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ, ਸਕੂਟਰ ਸਟੈਂਡ ਬਣੇ ਹੋਏ ਹਨ। ਸੋ ਸਾਰਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹਨ, ਬੜੇ ਸੁਚਾਰੂ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਚਲਾਏ ਜਾ ਰਹੇ ਹਨ। ਸਤਿਗੁਰੂ ਜੀ ਦੀ ਬੜੀ ਇੱਥੇ ਰਹਿਮਤ ਹੈ, ਬੜੀ ਬਖਸ਼ਿਸ਼ ਹੈ, ਜਿਹੜੀਆਂ ਸੰਗਤਾਂ ਵੀ ਆਪ ਜੀ ਸਰਵਣ ਕਰ ਰਹੇ ਹੋ, ਮੈਂ ਆਪ ਜੀ ਨੂੰ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਆਓ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਹੈ, ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਵੋ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣ ਦੇ ਨਾਲ ਜਿੱਥੇ ਸਾਰੇ ਰੋਗਾਂ ਦੀ ਨਿਵਰਤੀ ਹੋਵੇਗੀ, ਉੱਥੇ ਗੁਰੂ ਪਾਤਸ਼ਾਹ ਜੀ ਮਨ ਇੱਛਤ ਫਲ ਦੀ ਬਖਸ਼ਿਸ਼ ਕਰਨਗੇ, ਉੱਥੇ ਸਾਡਾ ਜੀਵਨ ਸਫਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਿਮਰ।
ਕਰ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਬਹਾਦਰ ਸਿਮਰੀਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਈ ਸਭ ਥਾਈ ਹੋਏ ਸਹਾਈ। ਧਰਮ ਰੱਖਿਅਕ ਪਰਉਪਕਾਰ ਤਿਆਗ ਅਨੁਰਾਗ ਦੀ ਮੂਰਤ ਤੇਗ ਦੇ ਧਨੀ ਸਗਲ ਸ੍ਰਿਸ਼ਟੀ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਦੇ ਇਤਿਹਾਸ ਦੇ ਬਾਰੇ ਆਪ ਸੰਗਤਾਂ ਦੇ ਨਾਲ ਸਾਂਝ ਪਾਵਾਂਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਦੋਂ ਕਸ਼ਮੀਰੀ ਪੰਡਿਤ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਆਏ, ਧਰਮ ਨੂੰ ਬਚਾਉਣ ਵਾਸਤੇ ਬੇਨਤੀ ਕੀਤੀ, ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਤੋਂ ਚਾਲਾ ਪਾਇਆ ਦਿੱਲੀ ਵੱਲ ਜਾਣ ਵਾਸਤੇ, ਭਰਤਗੜ੍ਹ, ਰੋਪੜ ਆਦਿਕ ਇਲਾਕਿਆਂ ਵਿੱਚ ਵਿਚਰਦੇ ਹੋਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਹਾਦਰਗੜ੍ਹ ਸਾਹਿਬ ਦੇ ਸਥਾਨ 'ਤੇ ਪਹੁੰਚੇ ਜੋ ਇੱਥੋਂ 10 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਪਹਿਲਾਂ ਇਸ ਨਗਰ ਦਾ ਸਥਾਨ ਸੈਫਾਬਾਦ ਸੀ। ਇੱਥੇ ਪੀਰ ਸੈਫਦੀਨ ਰਹਿੰਦੇ ਸਨ, ਜਿਨ੍ਹਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਬਹੁਤ ਪਿਆਰ ਸੀ, ਬਹੁਤ ਨੇੜਤਾ ਸੀ। ਔਰ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਪੀਰ ਸੈਫਦੀਨ ਦੇ ਕੋਲ ਸੈਫਾਬਾਦ ਇਸ ਨਗਰ ਦੇ ਵਿੱਚ ਪਹੁੰਚੇ। ਇੱਥੇ ਤਕਰੀਬਨ 3 ਮਹੀਨੇ 17 ਦਿਨ ਦਾ ਸਮਾਂ ਜਿਹੜਾ ਚੁਮਾਸੇ ਦਾ ਸੀ, ਗਰਮੀ ਦਾ ਸਮਾਂ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਸੈਫਦੀਨ ਕੋਲ ਰਹਿ ਕੇ ਕੱਟਿਆ। 3 ਮਹੀਨੇ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਸ ਸਥਾਨ 'ਤੇ ਰਹੇ ਤਾਂ ਤਕਰੀਬਨ ਨੇੜੇ ਨੇੜੇ ਦੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਵਿਚਰਦੇ, ਸਮੁੱਚੀ ਲੋਕਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ, ਸਤਿਗੁਰੂ ਪਾਤਸ਼ਾਹ ਜੀ ਪਾਵਨ ਆਪਣਾ ਉਪਦੇਸ਼ ਬਖਸ਼ਿਸ਼ ਕਰਦੇ। ਇੱਥੇ ਇੱਕ ਛੋਟਾ ਜਿਹਾ ਪਿੰਡ ਸੀ ਲਹਿਲ। ਲਹਿਲ ਪਿੰਡ ਦੇ ਵਿੱਚ ਰਹਿਣ ਵਾਲੇ ਭਾਈ ਭਾਗ ਰਾਮ ਜੀ, ਉਹਨਾਂ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਆਏ ਹੋਏ ਹਨ, ਤਾਂ ਉਹਨਾਂ ਨੇ ਜਾ ਕਰਕੇ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਨੂੰ, ਸਤਿਗੁਰੂ ਪਾਤਸ਼ਾਹ ਆਪਣੇ ਮੁਬਾਰਕ ਚਰਨ ਇਸ ਧਰਤੀ 'ਤੇ ਪਾਓ। ਭਾਈ ਭਾਗ ਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਸ ਅਸਥਾਨ 'ਤੇ ਪਹੁੰਚੇ ਜਿੱਥੇ ਅੱਜ ਕੱਲ੍ਹ ਇਹ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਇਸ ਸਥਾਨ 'ਤੇ ਆਏ, ਇਹ ਜੰਗਲ ਨੁਮਾ ਇਲਾਕਾ ਸੀ, ਥੋੜ੍ਹੀ ਬਹੁਤ ਇੱਥੇ ਖੇਤੀ ਹੋਇਆ ਕਰਦੀ ਸੀ। ਇੱਥੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਬਹੁਤ ਛੋਟਾ ਜਿਹਾ ਪਿੰਡ ਸੀ ਲਹਿਲ। ਸਤਿਗੁਰੂ ਪਾਤਸ਼ਾਹ ਜੀ ਜਦੋਂ ਇੱਥੇ ਆਏ, ਬੜੀ ਹਰਿਆਵਲ ਸੀ, ਬੜੀ ਹਰਿਆਵਲ ਵੇਖ ਕੇ, ਚੰਗੀ ਸੁਹਾਵਣੀ ਜਗ੍ਹਾ ਵੇਖ ਕੇ ਗੁਰੂ ਪਾਤਸ਼ਾਹ ਜੀ ਇੱਥੇ ਬੈਠੇ। ਭਾਈ ਭਾਗ ਰਾਮ ਜੀ ਨਾਲ ਦੇ ਸਾਥੀਆਂ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੋਏ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜੀ ਇੱਥੇ ਆਬਾਦੀ ਨਹੀਂ ਹੁੰਦੀ, ਆਪ ਜੀ ਕਿਰਪਾ ਕਰੋ। ਭਾਈ ਭਾਗ ਰਾਮ ਜੀ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਭਾਗ ਰਾਮ ਜੀ ਇੱਥੇ ਬਹੁਤ ਆਬਾਦੀ ਹੋਵੇਗੀ, ਸੰਘਣਾ ਸ਼ਹਿਰ, ਸੰਘਣੀ ਵਸੋਂ ਹੋਵੇਗੀ, ਉੱਘਾ ਅਸਥਾਨ ਹੋਵੇਗਾ। ਅੱਜ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਜਿਹੜੇ ਫਲੀ ਭੂਤ ਨੇ, ਦੇਖੋ ਆਪ ਜੀ ਕਿੰਨਾ ਘੁੱਗ ਵਸਦਾ ਸ਼ਹਿਰ, ਕਿੰਨੀ ਸੰਘਣੀ ਆਬਾਦੀ ਵਾਲਾ ਸੋਹਣਾ ਸੁੰਦਰ ਸ਼ਹਿਰ ਪਟਿਆਲਾ ਵਸਿਆ ਹੋਇਆ। ਔਰ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਮੋਤੀ ਬਾਗ ਸਾਹਿਬ, ਜੋ ਇੱਥੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ, ਗੁਰਦੁਆਰਾ ਮੋਤੀ ਬਾਗ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ, ਉਹ ਵੀ ਅਸਥਾਨ ਸੁਸ਼ੋਭਿਤ ਹੈ। ਇਸੇ ਹੀ ਪਿੰਡ ਦੀ ਰਹਿਣ ਵਾਲੀ ਬੀਬੀ ਕਰਮੋ ਰਾਣੀ ਸੀ ਲਹਿਲ ਨਗਰ ਦੀ ਰਹਿਣ ਵਾਲੀ, ਉਹਨੂੰ ਪਤਾ ਲੱਗਿਆ ਗੁਰੂ ਸਾਹਿਬ ਚੱਲ ਕੇ ਆਏ ਨੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੀ ਔਰ ਆ ਕੇ ਨਤਮਸਤਕ ਹੋਈ। ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੀ, ਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਇੱਥੋਂ ਬਿਮਾਰੀ ਨਹੀਂ ਜਾਂਦੀ, ਇੱਥੇ ਇੱਕ ਅਠਰਾਏ ਦਾ ਰੋਗ ਫੈਲਿਆ ਹੋਇਆ ਸੀ, ਜਿਹਦੇ ਨਾਲ ਜਿਹੜੇ ਬੱਚੇ ਸਨ ਉਹ ਜਨਮ ਲੈਣ ਤੋਂ ਪਹਿਲਾਂ ਹੀ ਮਾਤਾ ਦੇ ਉਦਰ ਵਿੱਚ ਉਹਨਾਂ ਦੀ ਜਿਹੜੀ ਸੀ ਡੈਥ ਹੋ ਜਾਂਦੀ ਸੀ।
कहन लगे आप जी कृपा करो औलाद की प्राप्ति नहीं होंगी, अठराहे के रोग नाल बच्चे जिहड़े ने शांत हो जाते हैं, उन्हां दी डैथ हो जाती है। गुरु साहब पातशाह जी ने बेनती प्रवान की और बेनती करद प्रवान करद गुरु पातशाह जी ने वचन किया, इत्थे जिथे सरोवर है संगतां इशनान करदियां ने, इस सरोवर विच गुरु पातशाह जी ने अपने वारक चरण पाए, बेनती की हुक्म किया कि जिहड़ा भी सरदा शहद इत्थे आ करके सरोवर विच इशनान करेगा, गुरु साहब की बाणी नाल जुड़ेगा, उहदे मन इच्छत उहनूं फल प्राप्त होणगे, उहदे सारे रोग जिहड़े हन उह दूर होणगे। सो सतगुरु पातशाह जी दे वचन सत होए और अज देखो किन्ना सोहना सुंदर जिथे स्थान बनया, बहुत वड्डा सरोवर बनया। बड़े बड़े दुखी लोग चल के इस स्थान पर आते हैं, जिन्हों डॉक्टर भी जवाब दे देंगे ने, जिहड़ियां कैंसर वर्गियां भावें भयानक बीमारियां ने, वह भी रोगी आके जो भावना लैके श्रद्धा के नाल सतगुरु पातशाह जी के स्थान पर पहुँचे तो उन्होंने कैंसर वर्गे रोग भी इतों ठीक होए, और संगतां दास नूं मिलिया उन्होंने दसिया। होर बड़े बड़े भयानक रोगों वाले जिहड़े ने भावना ला लैके निश्चय दे नाल विश्वास भरोसे नाल गुरु साहब के चरणों में हाजिर होंदे ने, उन्होंने गुरु पातशाह रोग जिहड़े हन उह दूर करदे हन। इस अस्थान का जिहड़ा नाम है वह गुरद्वारा श्री दुख निवारण साहिब है। गुरु पातशाह आए हुए दे दुखां दी निवृत्ति करते हैं और मन इच्छित फल भी प्राप्त होंदे ने। जिहड़ी बीबी करमो राणी ने बेनती की कि औलाद की प्राप्ति नहीं होंदी, और बहुत अजिहे जोड़े अजिहे परिवार मिले जिन्होंने दस्या कि सानू 10 साल बाद, कोई कहिंदा 12 साल बाद, कोई कहिंदा जी सानू 15 साल बाद, जदों असीं इत्थे आउण लगे पंचवियां दे आके इशनान किते, गुरु साहब की बाणी नाल जुड़े हाँ, गुरु साहब की घर की सेवा करते हैं, तो सानू इत्थों गुरु साहब जी ने बख्शिश की है, साढ़े घर बच्चे की सानू दात जी प्राप्त हुई है। सो संगतां बड़ी श्रद्धा भावना नाल आउंदियां ने। इस स्थान पर महीना वारी पंचमी का जोड़ मेल मनाया जाता है, जिस विच बहुत वड्डी गिणती विच संगतां पहुँचदियां ने, गुरु साहब के स्थान पर नतमस्तक हुंदियां ने, सरोवर विच इशनान करदियां हन। ਅਤੇ ਵੱਡੇ ਜੋੜ ਮੇਲ ਦੋ ਮਨਾਏ ਜਾਂਦੇ ਹਨ ਸਾਲਾਨਾ, ਜਿਹੜੇ ਜੋੜ ਮੇਲ ਹਨ ਉਹ ਹੈ ਬਸੰਤ ਪੰਚਮੀ ਦਾ ਜੋੜ ਮੇਲ, ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਦੋ ਦਿਨ ਦਾ ਇਹ ਦੀਵਾਨ ਸਜਦੇ ਹਨ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਸੰਤ ਪੰਚਮੀ ਵਾਲੇ ਦਿਨ ਰਾਤ ਨੂੰ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਕੇ ਕੀਰਤਨੀਏ ਬਸੰਤ ਰਾਗ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਦੂਸਰਾ ਜਿਹੜਾ ਹੈ ਜੋੜ ਮੇਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲ ਹੈ। ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਔਰ ਇਸ ਅਸਥਾਨ ਵਿਖੇ ਜਿੱਥੇ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਨਤਮਸਤਕ ਹੁੰਦੀਆਂ ਹਨ, ਦਰਸ਼ਨ ਕਰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ, ਉੱਥੇ ਸੰਗਤਾਂ ਦੇ ਵੇਖਣ ਲਈ ਅਜਾਇਬ ਘਰ ਬੜਾ ਸੋਹਣਾ ਸੁੰਦਰ ਬਣਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜੀਵਨ ਸਿੰਘ, ਭਾਈ ਜਾਤਾ ਜੀ ਨੂੰ ਸਮਰਪਿਤ ਕਰਕੇ ਜਿਹੜਾ ਉਹ ਅਜਾਇਬ ਘਰ ਬਣਿਆ ਹੈ, ਜਿੱਥੇ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ, ਸੰਗਤਾਂ ਆ ਕੇ ਉਹਨਾਂ ਨੂੰ ਵੀ ਦੇਖਦੀਆਂ ਹਨ। ਔਰ ਇਸ ਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੋਈ ਹੈ, ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਹਨ, ਜਿੱਥੇ ਬੈਠ ਕੇ ਬਹੁਤ ਸਾਰੇ ਜਿਹੜੀਆਂ ਸੰਗਤਾਂ ਜੁੜ ਕਰਕੇ ਉਹ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਦੀਆਂ ਹਨ। ਔਰ ਲੋੜਵੰਦਾਂ ਲਈ ਇੱਥੇ ਜਿਹੜੀ ਹੈ ਉਹ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਕਾ ਲੰਗਰ ਹੈ, 24 ਘੰਟੇ ਇੱਥੇ ਅਤੁੱਟ ਲੰਗਰ ਵਰਤਦਾ ਹੈ, ਕੋਈ ਵੀ ਜਿਹੜਾ ਲੋੜਵੰਦ ਚੱਲ ਕੇ ਆਉਂਦਾ ਗੁਰੂ ਕੇ ਲੰਗਰ ਵਿੱਚੋਂ ਜਦੋਂ ਮਰਜ਼ੀ ਚਾਹੇ ਉਹ ਅੱਧੀ ਰਾਤ ਵੀ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ। ਸੰਗਤਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਪ੍ਰਬੰਧ ਹੈ, ਔਰ ਵਹੀਕਲ ਖੜ੍ਹੇ ਕਰਨ ਵਾਸਤੇ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ, ਸਕੂਟਰ ਸਟੈਂਡ ਬਣੇ ਹੋਏ ਹਨ। ਸੋ ਸਾਰਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹਨ, ਬੜੇ ਸੁਚਾਰੂ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਚਲਾਏ ਜਾ ਰਹੇ ਹਨ। ਸਤਿਗੁਰੂ ਜੀ ਦੀ ਬੜੀ ਇੱਥੇ ਰਹਿਮਤ ਹੈ, ਬੜੀ ਬਖਸ਼ਿਸ਼ ਹੈ, ਜਿਹੜੀਆਂ ਸੰਗਤਾਂ ਵੀ ਆਪ ਜੀ ਸਰਵਣ ਕਰ ਰਹੇ ਹੋ, ਮੈਂ ਆਪ ਜੀ ਨੂੰ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਆਓ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਹੈ, ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਵੋ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣ ਦੇ ਨਾਲ ਜਿੱਥੇ ਸਾਰੇ ਰੋਗਾਂ ਦੀ ਨਿਵਿਰਤੀ ਹੋਵੇਗੀ, ਉੱਥੇ ਗੁਰੂ ਪਾਤਸ਼ਾਹ ਜੀ ਮਨ ਇੱਛਤ ਫਲ ਦੀ ਬਖਸ਼ਿਸ਼ ਕਰਨਗੇ, ਉੱਥੇ ਸਾਡਾ ਜੀਵਨ ਸਫਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਿਮਰੀਏ, ਕਰਨੋ ਨਿਧਾਇ ਤਾਇ ਸਭ
थाई होए सहाय, सब थाई होए सहाय। तेग बहादुर सिमरिया घर नौ निध आवै ताई, सब थाई होए सहाय। धर्म रक्षक परोपकार त्याग अनुराग दी मूरत, तेग दे धनी सगल सृष्टि दी चादर, धन धन साहिब श्री गुरु तेग बहादुर साहब पातशाह जी। सतगुरां जी दे पावन पवित्र स्थान गुरद्वारा श्री दुख निवारण साहब दे इतिहास दे बारे आप संगतां दे नाल सांझ पावांगे। धन धन साहिब श्री गुरु तेग बहादुर साहब पातशाह जी। जदों कश्मीरी पंडित चल के धन गुरु तेग बहादुर साहब पातशाह जी दे कोल आनंदपुर साहब आए, धर्म नूं बचाउण वास्ते बेनती कीती। उन्हां दी बेनती नूं प्रवान करके सतगुरु पातशाह जी ने जदों आनंदपुर साहब तों चाला पाया दिल्ली वल जाण वास्ते, भरतगढ़ रोपड़ आदिक इलाकों में विचरते हुए धन श्री गुरु तेग बहादुर साहब पातशाह जी बहादुरगढ़ साहब के स्थान पर पहुँचे, जो इतों 10 किलोमीटर की दूरी पर है। ये पहला इस नगर का स्थान सैफाबाद से, इतने पीर सैफा सैफदीन रेंदे सन, जिन्हों का गुरु तेग बहादुर साहब पातशाह जी के नाल बहुत प्यार सी, बहुत नेड़ता सी। और सतगुरु पातशाह जी पहला पीर सैफदीन के कोल सैफाबाद इस नगर के पहुंचे। इतने तकरीबन 3 महीने 17 दिन का समा, जो चौमासे का सी गर्मी का समा, उस सतगुरु पातशाह जी ने सैफदीन कोल रह के कटिया। 3 महीने जो सतगुरु पातशाह गुरु तेग बहादुर साहब पातशाह जी इस स्थान पर रहे, तो तकरीबन नेड़े नेड़े के इलाकों के गुरु साहब विचरते, समुची लुकाई में उस अकाल पुरख वाहिगुरु परमेश्वर के नाल जोड़ते, सतगुरु पातशाह जी पावन अपना उपदेश बख्शिश करते। इतने एक छोटा जिहा पिंड सी लहल, लहल पिंड दे विच रहण वाले भाई भाग राम जी, उन्हां नूं पता लग्या कि धन गुरु तेग बहादुर साहब पातशाह जी आए हुए हैं, तो उन्होंने जाकर के बेनती की गुरु पातशाह जी नूं, सतगुरु पातशाह अपने मुबारक चरण इस धरती ते पाओ। भाई भाग राम की बेनती नूं प्रवान करके धन गुरु तेग बहादुर साहब पातशाह जी इस अस्थान ते पहुँचे, जिथे अजकल ये गुरद्वारा श्री दुख निवारण साहब सुशोभित है। सतगुरु पातशाह जी जदों इस स्थान पर आए, ये जंगल नुमा इलाका सी, थोड़ी बहुत इत्थे खेती होया करदी सी। इतों थोड़ा जिहा पिछे हट के बहुत छोटा जिहा पिंड सी लहल। सतगुरु पातशाह जी जदों इत्थे आए, बड़ी हरियावल सी, बड़ी हरियावल वेख के, चंगी सुहावनी जगह वेख के गुरु पातशाह जी इत्थे बैठे। भाई भाग राम जी नाल दे साथियों नूं लै के सतगुरु पातशाह जी दे चरणां च नतमस्तक होए। सतगुरु पातशाह जी नूं बेनती की कि गुरु पातशाह जी इत्थे आबादी नहीं हुंदी, आप जी कृपा करो। भाई भाग राम जी की बेनती नूं सुन करके धन साहिब श्री गुरु तेग बहादुर साहब पातशाह जी कहन लगे, भाई भाग राम जी इत्थे बहुत आबादी होवेगी, संघना शहर संघनी वसों होवेगी, उग्गा अस्थान होवेगा। अज वो सतगुरु पातशाह जी के बचन जिहड़े फली भूत ने, देखो आप जी किन्ना घुग वसदा शहर, किन्नी संघनी आबादी वाला सोहना सुंदर शहर पटियाला वसया होया है। और सतगुरु पातशाह जी की याद में गुरद्वारा श्री दुख निवारण साहब सुशोभित है। इत्थे ही शहर के गुरद्वारा मोती बख्श साहब, जो इतों 4 किलोमीटर की दूरी पर है, गुरद्वारा मोती बख्श साहब जिथे गुरु साहब ने चरण पाए, वह भी अस्थान सुशोभित है। इसे ही पिंड की रहन वाली बीबी करमो राणी सी, लहल नगर की रहन वाली, उन्हों पता लग्या गुरु साहब चल के आए ने, वह भी सतगुरु पातशाह जी के चरणों में पहुँची और आके नतमस्तक हुई। गुरु साहब जी ने बेनती करन लगी, गुरु पातशाह जी कृपा करो, इतों बीमारी नहीं जाती, इतने एक अठराए का रोग फैलिया होया सी, जिदे नाल जिहड़े बच्चे सन वह जन्म लैण तो पहला ही माता दे उधर विच उन्हां दी जिहड़ी सी डैथ हो जाती सी।
कहन लगे आप जी कृपा करो औलाद की प्राप्ति नहीं होंगी, अठराहे के रोग नाल बच्चे जिहड़े ने शांत हो जाते हैं, उन्हां दी डैथ हो जाती है। गुरु साहिब पातशाह जी ने बेनती प्रवान की और बेनती करदे प्रवान करदे गुरु पातशाह जी ने वचन किया, इत्थे जिथे सरोवर है संगतां इशनान करदियां ने, इस सरोवर विच गुरु पातशाह जी ने अपने वारक चरण पाए, बेनती की हुक्म किया कि जिहड़ा भी सरदा शहद इत्थे आ करके सरोवर विच इशनान करेगा, गुरु साहिब की बाणी नाल जुड़ेगा, उहदे मन इच्छत उहनूं फल प्राप्त होणगे, उहदे सारे रोग जिहड़े हन उह दूर होणगे। सो सतगुरु पातशाह जी दे वचन सत होए और अज देखो किन्ना सोहना सुंदर जिथे स्थान बनया, बहुत वड्डा सरोवर बनया। बड़े बड़े वह दुखी लोग चल के इस स्थान पर आते हैं, जिन्हों डॉक्टर भी जवाब दे देंगे ने, जिहड़ियां कैंसर वर्गियां भावें भयानक बीमारियां ने, वह भी रोगी आके जो भावना लैके शरदा दे नाल सतगुरु पातशाह जी के स्थान पर पहुँचे तो उन्होंने कैंसर वर्गे रोग भी इतों ठीक होए। उस संगतां दास नूं मिलियां, उन्होंने दसिया होर बड़े बड़े भयानक रोगों वाले जिहड़े ने भावना ला लैके निश्चय दे नाल विश्वास भरोसे नाल गुरु साहिब के चरणों में हाजिर होंदे ने, उन्हां दे गुरु पातशाह रोग जिहड़े हन उह दूर करदे हन। इस अस्थान का जिहड़ा नाम है वह गुरद्वारा श्री दुख निवारण साहिब है। गुरु पातशाह आए हुए दे दुखां दी निवृत्ति करते हैं और मन इच्छित फल भी प्राप्त होंदे ने। जिहड़ी बीबी करमो राणी ने बेनती की कि औलाद की प्राप्ति नहीं होंदी और बहुत अजिहे जोड़े अजिहे परिवार मिले जिन्होंने दस्या कि सानू 10 साल बाद, कोई कहिंदा 12 साल बाद, कोई कहिंदा जी सानू 15 साल बाद, जदों असीं इत्थे आउण लगे पंचवियां दे आके इशनान किते, गुरु साहिब दी बाणी नाल जुड़े हाँ, गुरु साहिब दी घर दी सेवा करदे हाँ, ते सानू इत्थों गुरु साहिब जी ने बख्शिश की है, साडे घर बच्चे दी सानू दात जिहड़ी है उह प्राप्त होई है। सो संगतां बड़ी श्रद्धा भावना नाल आउंदियां ने। इस स्थान ते महीना वारी पंचमी दा जोड़ मेल मनाया जांदा है, जिस विच बहुत वड्डी गिणती विच संगतां पहुँचदियां ने, गुरु साहिब दे स्थान ते नतमस्तक हुंदियां ने, सरोवर विच इशनान करदियां हन। ਅਤੇ ਵੱਡੇ ਜੋੜ ਮੇਲ 2 ਮਨਾਏ ਜਾਂਦੇ ਹਨ ਸਾਲਾਨਾ, ਜਿਹੜੇ ਜੋੜ ਮੇਲ ਹਨ ਉਹ ਹੈ ਬਸੰਤ ਪੰਚਮੀ ਦਾ ਜੋੜ ਮੇਲ, ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, 2 ਦਿਨ ਦਾ ਇਹ ਦੀਵਾਨ ਸਜਦੇ ਹਨ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਸੰਤ ਪੰਚਮੀ ਵਾਲੇ ਦਿਨ ਰਾਤ ਨੂੰ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਕੇ ਕੀਰਤਨੀਏ ਬਸੰਤ ਰਾਗ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਦੂਸਰਾ ਜਿਹੜਾ ਹੈ ਜੋੜ ਮੇਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲ ਹੈ। ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਔਰ ਇਸ ਅਸਥਾਨ ਵਿਖੇ ਜਿੱਥੇ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਨਤਮਸਤਕ ਹੁੰਦੀਆਂ ਹਨ, ਦਰਸ਼ਨ ਕਰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ, ਉੱਥੇ ਸੰਗਤਾਂ ਦੇ ਵੇਖਣ ਲਈ ਅਜਾਇਬ ਘਰ ਬੜਾ ਸੋਹਣਾ ਸੁੰਦਰ ਬਣਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜੀਵਨ ਸਿੰਘ, ਭਾਈ ਜਾਤਾ ਜੀ ਨੂੰ ਸਮਰਪਿਤ ਕਰਕੇ ਜਿਹੜਾ ਉਹ ਅਜਾਇਬ ਘਰ ਬਣਿਆ ਹੈ, ਜਿੱਥੇ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ, ਸੰਗਤਾਂ ਆ ਕੇ ਉਹਨਾਂ ਨੂੰ ਵੀ ਦੇਖਦੀਆਂ ਹਨ। ਔਰ ਇਸ ਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੋਈ ਹੈ, ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਹਨ, ਜਿੱਥੇ ਬੈਠ ਕੇ ਬਹੁਤ ਸਾਰੇ ਜਿਹੜੀਆਂ ਸੰਗਤਾਂ ਜੁੜ ਕਰਕੇ ਉਹ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਦੀਆਂ ਹਨ। ਔਰ ਲੋੜਵੰਦਾਂ ਲਈ ਇੱਥੇ ਜਿਹੜੀ ਹੈ ਉਹ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਕਾ ਲੰਗਰ ਹੈ, 24 ਘੰਟੇ ਇੱਥੇ ਅਤੁੱਟ ਲੰਗਰ ਵਰਤਦਾ ਹੈ, ਕੋਈ ਵੀ ਜਿਹੜਾ ਲੋੜਵੰਦ ਚੱਲ ਕੇ ਆਉਂਦਾ ਗੁਰੂ ਕੇ ਲੰਗਰ ਵਿੱਚੋਂ ਜਦੋਂ ਮਰਜ਼ੀ ਚਾਹੇ ਉਹ ਅੱਧੀ ਰਾਤ ਵੀ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ। ਸੰਗਤਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਪ੍ਰਬੰਧ ਹੈ ਔਰ ਵਹੀਕਲ ਖੜ੍ਹੇ ਕਰਨ ਵਾਸਤੇ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ, ਸਕੂਟਰ ਸਟੈਂਡ ਬਣੇ ਹੋਏ ਹਨ। ਸੋ ਸਾਰਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹਨ, ਬੜੇ ਸੁਚਾਰੂ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਚਲਾਏ ਜਾ ਰਹੇ ਹਨ। ਸਤਿਗੁਰੂ ਜੀ ਦੀ ਬੜੀ ਇੱਥੇ ਰਹਿਮਤ ਹੈ, ਬੜੀ ਬਖਸ਼ਿਸ਼ ਹੈ, ਜਿਹੜੀਆਂ ਸੰਗਤਾਂ ਵੀ ਆਪ ਜੀ ਸਰਵਣ ਕਰ ਰਹੇ ਹੋ, ਮੈਂ ਆਪ ਜੀ ਨੂੰ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਆਓ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਹੈ, ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਵੋ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣ ਦੇ ਨਾਲ ਜਿੱਥੇ ਸਾਰੇ ਰੋਗਾਂ ਦੀ ਨਿਵਿਰਤੀ ਹੋਵੇਗੀ, ਉੱਥੇ ਗੁਰੂ ਪਾਤਸ਼ਾਹ ਜੀ ਮਨ ਇੱਛਤ ਫਲ ਦੀ ਬਖਸ਼ਿਸ਼ ਕਰਨਗੇ, ਉੱਥੇ ਸਾਡਾ ਜੀਵਨ ਸਫਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਿਮਰੀਏ, ਕਰਨੋ ਨਿਧਾਇ ਤਾਇ ਸਭ ਥਾਈ ਹੋ।
बहादुर सिमरिया घर नौ निध आवै ताई सब थाई होए सहाय। धर्म रक्षक परोपकार त्याग अनुराग की मूर्त तेग दे धनी सगल सृष्टि की चादर धन धन साहिब श्री गुरु तेग बहादुर साहब पातशाह जी सतगुरां जी दे पावन पवित्र स्थान गुरद्वारा श्री दुख निवारण साहब के इतिहास के बारे आप संगतां दे नाल सांझ पावांगे। धन धन साहिब श्री गुरु तेग बहादुर साहब पातशाह जी जदों कश्मीरी पंडित चल के धन गुरु तेग बहादुर साहब पातशाह जी के कोल आनंदपुर साहब आए धर्म नूं बचाउण वास्ते बेनती की, उन्हां दी बेनती नूं प्रवान करके सतगुरु पातशाह जी ने जदों आनंदपुर साहब तों चाला पाया दिल्ली वल जाण वास्ते भरतगढ़ रोपड़ आदिक इलाकों में विचरते हुए धन श्री गुरु तेग बहादुर साहब पातशाह जी बहादुरगढ़ साहब के स्थान पर पहुँचे जो इतों 10 किलोमीटर की दूरी पर है। ये पहला इस नगर का स्थान सैफाबाद से, इतने पीर सैफा सैफदीन रेंदे सन जिन्हों का गुरु तेग बहादुर साहब पातशाह जी के नाल बहुत प्यार सी, बहुत नेड़ता सी। और सतगुरु पातशाह जी पहला पीर सैफदीन के कोल सैफाबाद इस नगर के पहुँचे, इतने तकरीबन 3 महीने 17 दिन का समा जो चौमासे का सी गर्मी का समा उस सतगुरु पातशाह जी ने सैफदीन कोल रह के कटिया। 3 महीने जो सतगुरु पातशाह गुरु तेग बहादुर साहब पातशाह जी इस स्थान पर रहे तो तकरीबन नेड़े नेड़े के इलाकों के गुरु साहब विचरते, समुची लुकाई में उस अकाल पुरख वाहिगुरु परमेश्वर के नाल जोड़ते, सतगुरु पातशाह जी पावन अपना उपदेश बख्शिश करते। इत्थे एक छोटा जिहा पिंड सी लहल, लहल पिंड दे विच रहण वाले भाई भाग राम जी, उन्हां नूं पता लग्या कि धन गुरु तेग बहादुर साहब पातशाह जी आए हुए हैं तो उन्होंने जाकर के बेनती की गुरु पातशाह जी नूं, सतगुरु पातशाह अपने मुबारक चरण इस धरती ते पाओ। भाई भाग राम की बेनती नूं प्रवान करके धन गुरु तेग बहादुर साहब पातशाह जी इस अस्थान ते पहुँचे जिथे अजकल ये गुरद्वारा श्री दुख निवारण साहब सुशोभित है। सतगुरु पातशाह जी जदों इस स्थान पर आए, ये जंगल नुमा इलाका सी, थोड़ी बहुत इत्थे खेती होया करदी सी, इत्थों थोड़ा जिहा पिछे हट के बहुत छोटा जिहा पिंड सी लहल। सतगुरु पातशाह जी जदों इत्थे आए बड़ी हरियावल सी, बड़ी हरियावल वेख के चंगी सुहावनी जगह वेख के गुरु पातशाह जी इत्थे बैठे। भाई भाग राम जी नाल दे साथियों नूं लै के सतगुरु पातशाह जी के चरणों च नतमस्तक होए, सतगुरु पातशाह जी नूं बेनती की कि गुरु पातशाह जी इत्थे आबादी नहीं हुंदी, आप जी कृपा करो। भाई भाग राम जी की बेनती नूं सुन करके धन साहिब श्री गुरु तेग बहादुर साहब पातशाह जी कहन लगे, भाई भाग राम जी इत्थे बहुत आबादी होवेगी, संघना शहर संघनी वसों होवेगी, उग्गा अस्थान होवेगा। अज वो सतगुरु पातशाह जी के बचन जिहड़े फली भूत ने, देखो आप जी किन्ना घुग वसदा शहर, किन्नी संघनी आबादी वाला सोहना सुंदर शहर पटियाला वसया होया है। और सतगुरु पातशाह जी की याद में गुरद्वारा श्री दुख निवारण साहब सुशोभित है। इत्थे ही शहर के गुरद्वारा मोती बख्श साहब जो इतों 4 किलोमीटर की दूरी पर है, गुरद्वारा मोती बख्श साहब जिथे गुरु साहब ने चरण पाए वह भी अस्थान सुशोभित है। इसे ही पिंड की रहन वाली बीबी करमो राणी सी, लहल नगर की रहन वाली, उन्हों पता लग्या गुरु साहब चल के आए ने, वह भी सतगुरु पातशाह जी के चरणों में पहुँची और आके नतमस्तक हुई। गुरु साहब जी ने बेनती करन लगी, गुरु पातशाह जी कृपा करो, इतों बीमारी नहीं जाती, इतने एक अठराए का रोग फैलिया होया सी जिहदे नाल जिहड़े बच्चे सन वह जन्म लैण तो पहला ही माता दे उधर विच उन्हां दी जिहड़ी सी डैथ हो जाती सी। कहन लगे आप जी कृपा करो, औलाद की प्राप्ति नहीं होंगी, अठराए के रोग नाल बच्चे जिहड़े ने शांत हो जाते हैं, उन्हां दी डैथ हो जाती है। गुरु साहब पातशाह जी ने बेनती प्रवान की और बेनती करद प्रवान करद्या गुरु पातशाह जी ने वचन किया, इत्थे जिथे सरोवर है संगत इशनान कर दिया ने, इस सरोवर में गुरु पातशाह जी ने अपने मुबारक चरण पाए, बेनती की हुक्म किया कि जिहड़ा भी सरदा शहद इत्थे आकर के सरोवर में इशनान करेगा, गुरु साहब की बाणी नाल जुड़ेगा, उहदे मन इच्छत उहनूं फल प्राप्त होणगे, उहदे सारे रोग जिहड़े हन उह दूर होणगे। सो सतगुरु पातशाह जी के बचन सत होए और अज देखो किन्ना सोहना सुंदर जिथे अस्थान बनया, बहुत वड्डा सरोवर बनया। बड़े बड़े वो दुखी लोग चल के इस अस्थान पर आते हैं,
जिन्हां नूं डॉक्टर भी जवाब दे देंदे ने, जिहड़ियां कैंसर वर्गियां भावें भयानक बीमारियां ने, उह भी रोगी आ के जदों भावना लै के शरदा दे नाल सतगुरु पातशाह जी दे अस्थान ते पहुंचे तां उहनां दे कैंसर वर्गे रोग भी इत्थों ठीक होए। उह संगतां दास नूं मिलियां, उहनां ने दस्सिया होर बड़े बड़े भयानक रोगां वाले जिहड़े ने भावना लै के निश्चय दे नाल विश्वास भरोसे नाल गुरु साहिब दे चरणां विच हाजर हुंदे ने, उहनां दे गुरु पातशाह रोग जिहड़े हन ਉਹ ਦੂਰ ਕਰਦੇ ਹਨ। ਇਸ ਅਸਥਾਨ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਹੈ। ਗੁਰੂ ਪਾਤਸ਼ਾਹ ਆਏ ਹੋਏ ਦੇ ਦੁੱਖਾਂ ਦੀ ਨਿਵਰਤੀ ਕਰਦੇ ਨੇ ਔਰ ਮਨ ਇੱਛਤ ਫਲ ਵੀ ਪ੍ਰਾਪਤ ਹੁੰਦੇ ਨੇ। ਜਿਹੜੀ ਬੀਬੀ ਕਰਮੋ ਰਾਣੀ ਨੇ ਬੇਨਤੀ ਕੀਤੀ ਕਿ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਬਹੁਤ ਅਜਿਹੇ ਜੋੜੇ ਅਜਿਹੇ ਪਰਿਵਾਰ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ 10 ਸਾਲ ਬਾਅਦ, ਕੋਈ ਕਹਿੰਦਾ 12 ਸਾਲ ਬਾਅਦ, ਕੋਈ ਕਹਿੰਦਾ ਜੀ ਸਾਨੂੰ 15 ਸਾਲ ਬਾਅਦ, ਜਦੋਂ ਅਸੀਂ ਇੱਥੇ ਆਉਣ ਲੱਗੇ ਪੰਚਵੀਆਂ ਦੇ ਆ ਕੇ ਇਸ਼ਨਾਨ ਕੀਤੇ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇ ਹਾਂ, ਗੁਰੂ ਸਾਹਿਬ ਦੀ ਘਰ ਦੀ ਸੇਵਾ ਕਰਦੇ ਹਾਂ ਅਤੇ ਸਾਨੂੰ ਇੱਥੋਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਘਰ ਬੱਚੇ ਦੀ ਸਾਨੂੰ ਦਾਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਸੋ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ। ਇਸ ਅਸਥਾਨ 'ਤੇ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਮਨਾਇਆ ਜਾਂਦਾ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ, ਗੁਰੂ ਸਾਹਿਬ ਦੇ ਅਸਥਾਨ 'ਤੇ ਨਤਮਸਤਕ ਹੁੰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਵੱਡੇ ਜੋੜ ਮੇਲ 2 ਮਨਾਏ ਜਾਂਦੇ ਹਨ। ਸਾਲਾਨਾ ਜਿਹੜੇ ਜੋੜ ਮੇਲ ਹਨ ਉਹ ਹੈ ਬਸੰਤ ਪੰਚਮੀ ਦਾ ਜੋੜ ਮੇਲ, ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। 2 ਦਿਨ ਦਾ ਇਹ ਦੀਵਾਨ ਸਜਦੇ ਹਨ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਸੰਤ ਪੰਚਮੀ ਵਾਲੇ ਦਿਨ ਰਾਤ ਨੂੰ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਕੇ ਕੀਰਤਨੀਏ ਬਸੰਤ ਰਾਗ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਦੂਸਰਾ ਜਿਹੜਾ ਹੈ ਜੋੜ ਮੇਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲ ਹੈ। ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਔਰ ਇਸ ਅਸਥਾਨ ਵਿਖੇ ਜਿੱਥੇ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਨਤਮਸਤਕ ਹੁੰਦੀਆਂ ਹਨ, ਦਰਸ਼ਨ ਕਰਦੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ, ਉੱਥੇ ਸੰਗਤਾਂ ਦੇ ਵੇਖਣ ਲਈ ਅਜਾਇਬ ਘਰ ਬੜਾ ਸੋਹਣਾ ਸੁੰਦਰ ਬਣਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜੀਵਨ ਸਿੰਘ, ਭਾਈ ਜਾਤਾ ਜੀ ਨੂੰ ਸਮਰਪਿਤ ਕਰਕੇ ਜਿਹੜਾ ਉਹ ਅਜਾਇਬ ਘਰ ਬਣਿਆ ਹੈ, ਜਿੱਥੇ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਸੰਗਤਾਂ ਆ ਕੇ ਉਹਨਾਂ ਨੂੰ ਵੀ ਦੇਖਦੀਆਂ ਹਨ। ਔਰ ਇਸ ਅਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੋਈ ਹੈ, ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਹਨ, ਜਿੱਥੇ ਬੈਠ ਕੇ ਬਹੁਤ ਸਾਰੇ ਜਿਹੜੀਆਂ ਸੰਗਤਾਂ ਜੁੜ ਕਰਕੇ ਉਹ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਦੀਆਂ ਹਨ ਔਰ ਲੋੜਵੰਦਾਂ ਲਈ ਇੱਥੇ ਜਿਹੜੀ ਹੈ ਉਹ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਕਾ ਲੰਗਰ ਹੈ, 24 ਘੰਟੇ ਇੱਥੇ ਅਤੁੱਟ ਲੰਗਰ ਵਰਤਦਾ ਹੈ, ਕੋਈ ਵੀ ਜਿਹੜਾ ਲੋੜਵੰਦ ਚੱਲ ਕੇ ਆਉਂਦਾ ਗੁਰੂ ਕੇ ਲੰਗਰ ਵਿੱਚੋਂ ਜਦੋਂ ਮਰਜ਼ੀ ਚਾਹੇ ਉਹ ਅੱਧੀ ਰਾਤ ਵੀ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ। ਸੰਗਤਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਪ੍ਰਬੰਧ ਹੈ ਔਰ ਵਹੀਕਲ ਖੜ੍ਹੇ ਕਰਨ ਵਾਸਤੇ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ, ਸਕੂਟਰ ਸਟੈਂਡ ਬਣੇ ਹੋਏ ਹਨ। ਸੋ ਸਾਰਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹਨ, ਬੜੇ ਸੁਚਾਰੂ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਚਲਾਏ ਜਾ ਰਹੇ ਹਨ। ਸਤਿਗੁਰੂ ਜੀ ਦੀ ਬੜੀ ਇੱਥੇ ਰਹਿਮਤ ਹੈ, ਬੜੀ ਬਖਸ਼ਿਸ਼ ਹੈ, ਜਿਹੜੀਆਂ ਸੰਗਤਾਂ ਵੀ ਆਪ ਜੀ ਸਰਵਣ ਕਰ ਰਹੇ ਹੋ, ਮੈਂ ਆਪ ਜੀ ਨੂੰ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਆਓ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਹੈ, ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਵੋ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣ ਦੇ ਨਾਲ ਜਿੱਥੇ ਸਾਰੇ ਰੋਗਾਂ ਦੀ ਨਿਵਰਤੀ ਹੋਵੇਗੀ, ਉੱਥੇ ਗੁਰੂ ਪਾਤਸ਼ਾਹ ਜੀ ਮਨ ਇੱਛਤ ਫਲ ਦੀ ਬਖਸ਼ਿਸ਼ ਕਰਨਗੇ, ਉੱਥੇ ਸਾਡਾ ਜੀਵਨ ਸਫਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਿਮਰੀਏ, ਕਰ ਨਾਨਦ ਆਏ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਸਭ ਥਾਈ।
बहादुर सिमरिया घर नौ निधि आवै ताहे सब थाई होए सहाय। धर्म रक्षक परोपकार त्याग अनुराग दी मूरत तेग दे तनी सगल सृष्टि दी चादर धन धन साहिब श्री गुरु तेग बहादुर साहब पातशाह जी सतगुरां जी दे पावन पवित्र स्थान गुरद्वारा श्री दुख निवारण साहब दे इतिहास दे बारे आप संगतां दे नाल सांझ पावांगे। धन धन साहिब श्री गुरु तेग बहादुर साहब पातशाह जी जदों कश्मीरी पंडित चल के धन गुरु तेग बहादुर साहब पातशाह जी दे कोल आनंदपुर साहब आए धर्म नूं बचाउण वास्ते बेनती कीती। उन्हां दी बेनती नूं प्रवान करके सतगुरु पातशाह जी ने जदों आनंदपुर साहब तों चाला पाया दिल्ली वल जाण वास्ते भरतगढ़ रोपड़ आदिक इलाकों में विचरते हुए धन श्री गुरु तेग बहादुर साहब पातशाह जी बहादुरगढ़ साहब के स्थान पर पहुँचे जो इतों 10 किलोमीटर की दूरी पर है। ये पहला इस नगर का स्थान सैफाबाद से इतने पीर सैफा सैफदीन रेंदे सन जिन्हों का गुरु तेग बहादुर साहब पातशाह जी के नाल बहुत प्यार से बहुत नेड़ता से। और सतगुरु पातशाह जी पहला पीर सैफदीन के कोल सैफाबाद इस नगर के पहुँचे इत्थे तकरीबन 3 महीने 17 दिन का समा जिहड़ा चौमासे का सी गर्मी का समा उस सतगुरु पातशाह जी ने सैफदीन कोल रह के कटिया। 3 महीने जदों सतगुरु पातशाह गुरु तेग बहादुर साहब पातशाह जी इस स्थान पर रहे तो तकरीबन नेड़े नेड़े दे इलाकों दे विच गुरु साहब विचरदे समुची लुकाई नूं उस अकाल पुरख वाहिगुरु परमेश्वर दे नाल जोड़दे सतगुरु पातशाह जी पावन अपना उपदेश बख्शिश करदे। इत्थे एक छोटा जिहा पिंड सी लहल लहल पिंड दे विच रहण वाले भाई भाग राम जी उन्हां नूं पता लग्या कि धन गुरु तेग बहादुर साहब पातशाह जी आए हुए हैं तो उन्होंने जा करके बेनती की गुरु पातशाह जी ने सतगुरु पातशाह अपने मुबारक चरण इस धरती पर पाओ। भाई भाग राम की बेनती प्रवान करके धन गुरु तेग बहादुर साहब पातशाह जी इस अस्थान पर पहुँचे जिथे अजकल ये गुरद्वारा श्री दुख निवारण साहब सुशोभित है। सतगुरु पातशाह जी जदों इस अस्थान पर आए ये जंगल नुमा इलाका सी थोड़ी बहुत इतनी खेती होया करती सी इतों थोड़ा जहा पिछे हट के बहुत छोटा जहा पिंड सी लहल। सतगुरु पातशाह जी जदों इत्थे आए बड़ी हरियावल सी बड़ी हरियावल वेख के चंगी सुहावनी जगह वेख के गुरु पातशाह जी इत्थे बैठे। भाई भाग राम जी नाल दे साथियों नूं लैके सतगुरु पातशाह जी दे चरणां च नतमस्तक होए। सतगुरु पातशाह जी नूं बेनती कीती कि गुरु पातशाह जी इत्थे आबादी नहीं हुंदी आप जी कृपा करो। भाई भाग राम जी की बेनती सुन करके धन साहिब श्री गुरु तेग बहादुर साहब पातशाह जी कहन लगे भाई भाग राम जी इत्थे बहुत आबादी होवेगी संघना शहर संघनी वसों होवेगी उगा अस्थान होवेगा। अज वह सतगुरु पातशाह जी के बचन जड़े फली भूत ने देखो आप जी कि घुग वसदा शहर किन्नी संघनी आबादी वाला सोहना सुंदर शहर पटियाला वसया होया है। और सतगुरु पातशाह जी की याद में गुरद्वारा श्री दुख निवारण साहब सुशोभित है। इत्थे ही शहर के गुरद्वारा मोती बाग साहब जो इतों 4 किलोमीटर की दूरी पर है गुरद्वारा मोती बाग साहब जिथे गुरु साहब ने चरण पाए वह भी अस्थान सुशोभित है। इसे ही पिंड की रहन वाली बीबी करमो राणी सी लहल नगर की रहन वाली उन्हों पता लग्या गुरु साहब चल के आए ने वह भी सतगुरु पातशाह जी के चरणों में पहुँची और आके नतमस्तक हुई गुरु साहब जी ने बेनती कर लगी गुरु पातशाह जी कृपा करो इतों बीमारी नहीं जाती इतने एक अठराए का रोग फैलिया होया सी जिहदे नाल जिहड़े बच्चे सन वह जन्म लैण तो पहला ही माता दे उदर विच उन्हां दी जिहड़ी सी डैथ हो जाती सी। कहन लगे आप जी कृपा करो औलाद की प्राप्ति नहीं होंगी अठराए के रोग नाल बच्चे जिहड़े ने शांत हो जाते हैं उन्हां दी डैथ हो जाती है। गुरु साहब पातशाह जी ने बेनती प्रवान की और बेनती करदे प्रवान करदिया गुरु पातशाह जी ने वचन किया इत्थे जिथे सरोवर है संगतां इशनान करदियां ने इस सरोवर विच गुरु पातशाह जी ने अपने मुबारक चरण पाए बेनती की हुक्म किया कि जिहड़ा भी सरदा शहद इत्थे आकर के सरोवर विच इशनान करेगा गुरु साहब की बाणी नाल जुड़ेगा उहदे मन इच्छत उहनूं फल प्राप्त होणगे उहदे सारे रोग जिहड़े हन उह दूर होणगे। सो सतगुरु पातशाह जी के बचन सत होए और अज देखो किन्ना सोहना सुंदर जिथे अस्थान बनया बहुत वड्डा सरोवर बनया बड़े बड़े वो दुखी लोग चल के इस अस्थान पर आते हैं
जिन्हां नूं डॉक्टर भी जवाब दे देंदे ने जिहड़ियां कैंसर वर्गियां भावें भयानक बीमारियां ने उह भी रोगी आ के जदों भावना लै के शरदा दे नाल सतगुरु पातशाह जी दे अस्थान ते पहुंचे तां उहनां दे कैंसर वर्गे रोग भी इत्थों ठीक होए। उह संगतां दास नूं मिलियां उहनां ने दस्सिया होर बड़े बड़े भयानक रोगां वाले जिहड़े ने भावना लै के निश्चय दे नाल विश्वास भरोसे नाल गुरु साहिब दे चरणां विच हाजर हुंदे ने उहनां दे गुरु पातशाह रोग जिहड़े हन उह दूर करदे हन। इस अस्थान दा जिहड़ा नाम है वह गुरद्वारा श्री दुख निवारण साहिब है। गुरु पातशाह आए हुए दे दुखां दी निवृत्ति करते हैं और मन इच्छित फल भी प्राप्त होंदे ने। जिहड़ी बीबी करमो राणी ने बेनती की कि औलाद की प्राप्ति नहीं होंदी और बहुत अजिहे जोड़े अजिहे परिवार मिले जिन्होंने दस्या कि सानू 10 साल बाद कोई कहिंदा 12 साल बाद कोई कहिंदा जी सानू 15 साल बाद जदों असीं इत्थे आउण लगे पंचवियां दे आ के इशनान किते गुरु साहब की बाणी नाल जुड़े हाँ गुरु साहब की घर की सेवा करते हैं तो सानू इत्थों गुरु साहब जी ने बख्शिश की है साढ़े घर बच्चे की सानू दात जिहड़ी है वह प्राप्त हुई है। सो संगतां बड़ी श्रद्धा भावना नाल आउंदियां ने। इस अस्थान ते महीना वारी पंचमी का जोड़ मेल मनाया जाता है जिस विच बहुत वड्डी गिणती विच संगतां पहुँचदियां ने गुरु साहब के अस्थान ते नतमस्तक हुंदियां ने सरोवर विच इशनान करदियां हन। ਅਤੇ ਵੱਡੇ ਜੋੜ ਮੇਲ 2 ਮਨਾਏ ਜਾਂਦੇ ਹਨ ਸਾਲਾਨਾ ਜਿਹੜੇ ਜੋੜ ਮੇਲ ਹਨ ਉਹ ਹੈ ਬਸੰਤ ਪੰਚਮੀ ਦਾ ਜੋੜ ਮੇਲ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ 2 ਦਿਨ ਦਾ ਇਹ ਦੀਵਾਨ ਸਜਦੇ ਹਨ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਸੰਤ ਪੰਚਮੀ ਵਾਲੇ ਦਿਨ ਰਾਤ ਨੂੰ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿੱਚ ਗੁਰੂ ਕੇ ਕੀਰਤਨੀਏ ਬਸੰਤ ਰਾਗ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਦੂਸਰਾ ਜਿਹੜਾ ਹੈ ਜੋੜ ਮੇਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲ ਹੈ। ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਔਰ ਇਸ ਅਸਥਾਨ ਵਿਖੇ ਜਿੱਥੇ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਨਤਮਸਤਕ ਹੁੰਦੀਆਂ ਹਨ ਦਰਸ਼ਨ ਕਰਦੀਆਂ ਨੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ ਉੱਥੇ ਸੰਗਤਾਂ ਦੇ ਵੇਖਣ ਲਈ ਅਜਾਇਬ ਘਰ ਬੜਾ ਸੋਹਣਾ ਸੁੰਦਰ ਬਣਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜੀਵਨ ਸਿੰਘ ਭਾਈ ਜਾਤਾ ਜੀ ਨੂੰ ਸਮਰਪਿਤ ਕਰਕੇ ਜਿਹੜਾ ਉਹ ਅਜਾਇਬ ਘਰ ਬਣਿਆ ਹੈ ਜਿੱਥੇ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਸੰਗਤਾਂ ਆ ਕੇ ਉਹਨਾਂ ਨੂੰ ਵੀ ਦੇਖਦੀਆਂ ਹਨ ਔਰ ਇਸ ਸਥਾਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਹੋਈ ਹੈ ਜਿਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਹਨ ਜਿੱਥੇ ਬੈਠ ਕੇ ਬਹੁਤ ਸਾਰੇ ਜਿਹੜੀਆਂ ਸੰਗਤਾਂ ਜੁੜ ਕਰਕੇ ਉਹ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਦੀਆਂ ਹਨ ਔਰ ਲੋੜਵੰਦਾਂ ਲਈ ਇੱਥੇ ਜਿਹੜੀ ਹੈ ਉਹ ਡਿਸਪੈਂਸਰੀ ਵੀ ਬਣੀ ਹੋਈ ਹੈ ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰੂ ਕਾ ਲੰਗਰ ਹੈ 24 ਘੰਟੇ ਇੱਥੇ ਅਤੁੱਟ ਲੰਗਰ ਵਰਤਦਾ ਹੈ। ਕੋਈ ਵੀ ਜਿਹੜਾ ਲੋੜਵੰਦ ਚੱਲ ਕੇ ਆਉਂਦਾ ਗੁਰੂ ਕੇ ਲੰਗਰ ਵਿੱਚੋਂ ਜਦੋਂ ਮਰਜ਼ੀ ਚਾਹੇ ਉਹ ਅੱਧੀ ਰਾਤ ਵੀ ਆਵੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ। ਸੰਗਤਾਂ ਦੇ ਠਹਿਰਨ ਵਾਸਤੇ ਸਰਾਵਾਂ ਦਾ ਪ੍ਰਬੰਧ ਹੈ ਔਰ ਵਹੀਕਲ ਖੜ੍ਹੇ ਕਰਨ ਵਾਸਤੇ ਇੱਥੇ ਜਿਹੜੀ ਪਾਰਕਿੰਗ ਬਣੀ ਹੋਈ ਹੈ ਸਕੂਟਰ ਸਟੈਂਡ ਬਣੇ ਹੋਏ ਹਨ। ਸੋ ਸਾਰਾ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹਨ ਬੜੇ ਸੁਚਾਰੂ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਚਲਾਏ ਜਾ ਰਹੇ ਹਨ। ਸਤਿਗੁਰੂ ਜੀ ਦੀ ਬੜੀ ਇੱਥੇ ਰਹਿਮਤ ਹੈ ਬੜੀ ਬਖਸ਼ਿਸ਼ ਹੈ ਜਿਹੜੀਆਂ ਸੰਗਤਾਂ ਵੀ ਆਪ ਜੀ ਸਰਵਣ ਕਰ ਰਹੇ ਹੋ ਮੈਂ ਆਪ ਜੀ ਨੂੰ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਾਂਗਾ ਕਿ ਆਪ ਜ਼ਰੂਰ ਆਓ। ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਹੈ ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਵੋ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣ ਦੇ ਨਾਲ ਜਿੱਥੇ ਸਾਰੇ ਰੋਗਾਂ ਦੀ ਨਿਵਰਤੀ ਹੋਵੇਗੀ ਉੱਥੇ ਗੁਰੂ ਪਾਤਸ਼ਾਹ ਜੀ ਮਨ ਇੱਛਤ ਫਲ ਦੀ ਬਖਸ਼ਿਸ਼ ਕਰਨਗੇ ਉੱਥੇ ਸਾਡਾ ਜੀਵਨ ਸਫਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।